ਪ੍ਰੋਪਰਟੀ ਦਾ ਕੰਮ ਕਰਦੇ ਹਾਂ। ਅੱਛਾ, ਹਾਂਜੀ, ਕੀ ਹੋਇਆ ਤੁਹਾਡੇ ਨਾਲ? ਮੈਂ ਜੀ ਇੱਥੋਂ ਘਰੋਂ ਬਿਆਸ ਜਾਣ ਲਈ ਨਿਕਲਿਆ ਸੀ, ਸਵਾ ਪੰਜ ਦਸ ਬਾਰਾਂ ਤੋਂ ਨਿਕਲਿਆ। 5:20 ਦੇ ਲਗਭਗ ਮੈਂ ਡਾਕਟਰ ਮਹਿਤਾ ਜੀ ਦੇ ਦਫ਼ਤਰ ਦੇ ਮੂਹਰੋਂ ਨਿਕਲਣ ਲੱਗਿਆ। ਉੱਥੋਂ 3 ਲੜਕੇ ਆਏ ਅਤੇ ਉਹ ਸਕੂਟਰੀ 'ਤੇ ਸੀਗੇ। ਇੱਕਦਮ ਉਹਨਾਂ ਨੇ ਮੇਰੇ ਮੂਹਰੇ ਇੱਕਦਮ ਬ੍ਰੇਕ ਲਾ ਤੀ ਆ ਕੇ ਘੁਮਾ ਕੇ, ਅਤੇ ਮੈਨੂੰ ਕਹਿੰਦੇ ਜੀ ਤੁਸੀਂ ਜੋ ਕੁਛ ਹੈਗਾ, ਉਹਨਾਂ ਕੋਲ ਦਾਤ ਸੀਗਾ ਵੱਡਾ, ਕਹਿੰਦੇ ਜੋ ਤੁਹਾਡੇ ਕੋਲ ਹੈਗਾ ਕੱਢ ਦਿਓ। ਉਹ 2 ਮੁੰਡੇ ਥੱਲੇ ਉਤਰੇ ਆ, ਉਹਨਾਂ ਨੇ ਫਟਾਫਟ ਮੇਰੇ ਜੀ ਜੇਬ 'ਚ ਹੱਥ ਮਾਰਿਆ, ਮੋਬਾਈਲ ਲੈ ਲਿਆ, ਪਰਸ ਲੈ ਲਿਆ, ਜੋ ਮੇਰੇ ਪੈਸੇ ਸੀ ਉਹ ਲੈ ਕੇ ਚਲੇ ਗਏ। ਠੀਕ ਹੈ, ਹਾਂਜੀ। ਅਤੇ ਕੋਈ ਤੁਹਾਡੇ ਸੱਟ ਸੁੱਟ ਮਾਰੀ? ਸੱਟ ਨਹੀਂ ਮਾਰੀ, ਉੱਦਾਂ ਮੈਨੂੰ ਧਮਕਾਉਂਦੇ ਸੀਗੇ ਅਤੇ ਧਮਕਾ ਕੇ। ਕਿੰਨੀ ਕੁ ਉਮਰ ਦੇ ਹੋਣਗੇ? ਉਮਰ ਤਾਂ ਜੀ ਦੇਖੋ ਆਈਡੀਆ ਨਹੀਂ ਲੈ ਸਕਦੇ, ਉਮਰ ਹੋਊਗੀ 20 ਤੋਂ 25 ਦੇ ਵਿੱਚ। ਅੱਛਾ, 25-26 ਸ਼ਕਲੋਂ ਕੁਛ ਨਸ਼ਾ ਨੁਸ਼ਾ ਕਰਨ ਵਾਲੇ ਇੱਦਾਂ ਲੱਗੇ? ਇਸ ਤਰ੍ਹਾਂ ਹੀ ਲੱਗਦੇ ਸੀ ਜਿਵੇਂ ਨਸ਼ਾ ਕਰਨ ਵਾਲੇ ਹੁੰਦੇ ਆ। ਅੱਛਾ, ਬੇਖੌਫ ਹੋ ਕੇ ਘੁੰਮ ਰਹੇ ਸੀ, ਐਂ ਲੱਗਦਾ ਹੀ ਨਹੀਂ ਸੀ ਵੀ ਕੋਈ ਲਾ ਐਂਡ ਆਰਡਰ ਹੈਗਾ। ਕਹਿੰਦੇ ਇੱਥੋਂ 1 ਕਿਲੋਮੀਟਰ ਦੀ ਦੂਰੀ ਦੇ ਉੱਤੇ ਪੁਲਿਸ ਥਾਣਾ ਹੈ? ਹਾਂਜੀ ਹਾਂਜੀ, ਫਿਰ ਉਸ ਤੋਂ ਬਾਅਦ ਅਸੀਂ ਥਾਣੇ ਗਏ, ਥਾਣੇ ਜਾ ਕੇ ਰਿਪੋਰਟ ਲਿਖਾ। ਵਾਕਿਆ ਹੋਇਆ ਕਿੱਥੇ ਹੈ, ਕਿਹੜੀ ਰੋਡ ਹੈ? ਇਹ ਗੁਰੂ ਅਰਜਨ ਦੇਵ ਨਗਰ ਰੋਡ। ਅੱਛਾ ਜੀ, ਸਮਰਾਲਾ ਚੌਂਕ ਤੋਂ ਪੈਟਰੋਲ ਪੰਪ ਦੇ ਅਪੋਜਿਟ ਬਿਲਕੁਲ। ਠੀਕ ਹੈ, ਹਾਂਜੀ। ਅਤੇ ਪੁਲਿਸ ਸਟੇਸ਼ਨ ਕਿੰਨੀ ਕੁ ਦੂਰ ਹੈ ਇੱਥੋਂ ਦੀ, ਜਿੱਥੋਂ ਜਿੱਥੇ ਤੁਹਾਡੇ ਨਾਲ ਵਾਕਿਆ ਹੋਇਆ? ਪੁਲਿਸ ਸਟੇਸ਼ਨ ਇੱਥੋਂ ਹੋਊਗਾ ਜੀ ਜ਼ਿਆਦਾ ਤੋਂ ਜ਼ਿਆਦਾ 1.5 ਕਿਲੋਮੀਟਰ। ਅਤੇ ਮਕੀ ਕੋਈ ਡਰ ਪਏ ਕੁਛ? ਕੋਈ ਡਰ ਪਏ ਨਹੀਂ ਜੀ, ਅਸੀਂ ਤਾਂ ਉੱਥੇ ਗਏ ਸੀ ਆਪਣੇ ਪੁਲਿਸ ਥਾਣੇ ਗਏ ਸੀ, ਜਦੋਂ ਥਾਣੇ ਵੀ ਬੰਦ ਸੀ ਥਾਣਾ, ਅਸੀਂ ਦਰਵਾਜ਼ੇ ਖੜਕਾ ਕੇ ਜਾ ਕੇ ਰਿਪੋਰਟ ਲਿਖਾ ਕੇ ਆਏ। ਕਿੰਨੇ ਵਜੇ? ਇਹ ਹੋਣਾ 5:30 ਤੋਂ ਬਾਅਦ ਸਵੇਰੇ। ਹਾਂਜੀ, 6:45 ਦਾ ਟਾਈਮ ਹੋਊਗਾ। ਅਤੇ ਥਾਣਾ ਬੰਦ ਸੀਗਾ? ਥਾਣਾ ਬੰਦ ਸੀਗਾ ਜੀ, ਅਸੀਂ ਦਰਵਾਜ਼ਾ ਖੜਕਾ ਕੇ ਨਹੀਂ ਖੋਲਿਆ, ਉਹਨਾਂ ਨੇ ਗੇਟ ਬਾਅਦ 'ਚ ਖੋਲਿਆ। ਠੀਕ ਹੈ, ਅਤੇ ਰਿਪੋਰਟ ਲਿਖਾ? ਰਿਪੋਰਟ ਲਿਖਾਤੀ ਸੀ। ਠੀਕ ਹੈ ਜੀ, ਅਤੇ ਹੁਣ ਚਾਹੁੰਦੇ ਕੀ ਹੋ? ਚਾਹੁੰਦੇ ਆ ਜੀ ਉਹਨਾਂ ਨੂੰ ਫੜਿਆ ਜਾਵੇ, ਇਸ ਤਰ੍ਹਾਂ ਦਾ ਮਾਹੌਲ ਨਾ ਹੋਵੇ। ਇੰਨਾ ਬੜਾ ਮਾੜਾ ਮਾਹੌਲ ਹੋ ਗਿਆ, ਅਸੀਂ ਤਾਂ ਹੈਰਾਨ ਹਾਂ ਵੀ ਅਸੀਂ ਘਰੋਂ ਬਾਹਰ ਨਹੀਂ ਨਿਕਲ ਸਕਦੇ, ਪ੍ਰੋਪਰਟੀ ਦਾ ਕੰਮ ਕਰਦੇ। ਅੱਛਾ, ਹਾਂਜੀ, ਕੀ ਹੋਇਆ ਤੁਹਾਡੇ ਨਾਲ? ਮੈਂ ਜੀ ਇੱਥੋਂ ਘਰੋਂ ਬਿਆਸ ਜਾਣ ਲਈ ਨਿਕਲਿਆ ਸੀ, ਸਵਾ ਪੰਜ ਦਸ ਬਾਰਾਂ ਤੋਂ ਨਿਕਲਿਆ। 5:20 ਦੇ ਲਗਭਗ ਮੈਂ ਡਾਕਟਰ ਮਹਿਤਾ ਜੀ ਦੇ ਦਫ਼ਤਰ ਦੇ ਮੂਹਰੋਂ ਨਿਕਲਣ ਲੱਗਿਆ। ਉੱਥੋਂ 3 ਲੜਕੇ ਆਏ ਅਤੇ ਉਹ ਸਕੂਟਰੀ 'ਤੇ ਸੀਗੇ। ਇੱਕਦਮ ਉਹਨਾਂ ਨੇ ਮੇਰੇ ਮੂਹਰੇ ਇੱਕਦਮ ਬ੍ਰੇਕ ਲਾ ਤੀ ਆ ਕੇ ਘੁਮਾ ਕੇ, ਅਤੇ ਮੈਨੂੰ ਕਹਿੰਦੇ ਜੀ ਤੁਸੀਂ ਜੋ ਕੁਛ ਹੈਗਾ, ਉਹਨਾਂ ਕੋਲ ਦਾਤ ਸੀਗਾ ਵੱਡਾ, ਕਹਿੰਦੇ ਜੋ ਤੁਹਾਡੇ ਕੋਲ ਹੈਗਾ ਕੱਢ ਦਿਓ। ਉਹ 2 ਮੁੰਡੇ ਥੱਲੇ ਉਤਰੇ ਆ, ਉਹਨਾਂ ਨੇ ਫਟਾਫਟ ਮੇਰੇ ਜੀ ਜੇਬ 'ਚ ਹੱਥ ਮਾਰਿਆ, ਮੋਬਾਈਲ ਲੈ ਲਿਆ, ਪਰਸ ਲੈ ਲਿਆ, ਜੋ ਮੇਰੇ ਪੈਸੇ ਸੀ ਉਹ ਲੈ ਕੇ ਚਲੇ ਗਏ। ਠੀਕ ਹੈ, ਹਾਂਜੀ। ਅਤੇ ਕੋਈ ਤੁਹਾਡੇ ਸੱਟ ਸੁੱਟ ਮਾਰੀ? ਸੱਟ ਨਹੀਂ ਮਾਰੀ, ਉੱਦਾਂ ਮੈਨੂੰ ਧਮਕਾਉਂਦੇ ਸੀਗੇ ਅਤੇ ਧਮਕਾ ਕੇ। ਕਿੰਨੀ ਕੁ ਉਮਰ ਦੇ ਹੋਣਗੇ? ਉਮਰ ਤਾਂ ਜੀ ਦੇਖੋ ਆਈਡੀਆ ਨਹੀਂ ਲੈ ਸਕਦੇ, ਉਮਰ ਹੋਊਗੀ 20 ਤੋਂ 25 ਦੇ ਵਿੱਚ। ਅੱਛਾ, 25-26 ਸ਼ਕਲੋਂ ਕੁਛ ਨਸ਼ਾ ਨੁਸ਼ਾ ਕਰਨ ਵਾਲੇ ਇੱਦਾਂ ਲੱਗੇ? ਇਸ ਤਰ੍ਹਾਂ ਹੀ ਲੱਗਦੇ ਸੀ ਜਿਵੇਂ ਨਸ਼ਾ ਕਰਨ ਵਾਲੇ ਹੁੰਦੇ ਆ। ਅੱਛਾ, ਬੇਖੌਫ ਹੋ ਕੇ ਘੁੰਮ ਰਹੇ ਸੀ, ਐਂ ਲੱਗਦਾ ਹੀ ਨਹੀਂ ਸੀ ਵੀ ਕੋਈ ਲਾ ਐਂਡ ਆਰਡਰ ਹੈਗਾ। ਕਹਿੰਦੇ ਇੱਥੋਂ 1 ਕਿਲੋਮੀਟਰ ਦੀ ਦੂਰੀ ਦੇ ਉੱਤੇ ਪੁਲਿਸ ਥਾਣਾ ਹੈ? ਹਾਂਜੀ ਹਾਂਜੀ, ਫਿਰ ਉਸ ਤੋਂ ਬਾਅਦ ਅਸੀਂ ਥਾਣੇ ਗਏ, ਥਾਣੇ ਜਾ ਕੇ ਰਿਪੋਰਟ ਲਿਖਾ। ਵਾਕਿਆ ਹੋਇਆ ਕਿੱਥੇ ਹੈ, ਕਿਹੜੀ ਰੋਡ ਹੈ? ਇਹ ਗੁਰੂ ਅਰਜਨ ਦੇਵ ਨਗਰ ਰੋਡ। ਅੱਛਾ ਜੀ, ਸਮਰਾਲਾ ਚੌਂਕ ਤੋਂ ਪੈਟਰੋਲ ਪੰਪ ਦੇ ਅਪੋਜਿਟ ਬਿਲਕੁਲ। ਠੀਕ ਹੈ, ਹਾਂਜੀ। ਅਤੇ ਪੁਲਿਸ ਸਟੇਸ਼ਨ ਕਿੰਨੀ ਕੁ ਦੂਰ ਹੈ ਇੱਥੋਂ ਦੀ, ਜਿੱਥੋਂ ਜਿੱਥੇ ਤੁਹਾਡੇ ਨਾਲ ਵਾਕਿਆ ਹੋਇਆ? ਪੁਲਿਸ ਸਟੇਸ਼ਨ ਇੱਥੋਂ ਹੋਊਗਾ ਜੀ ਜ਼ਿਆਦਾ ਤੋਂ ਜ਼ਿਆਦਾ 1.5 ਕਿਲੋਮੀਟਰ। ਅਤੇ ਮਕੀ ਕੋਈ ਡਰ ਪਏ ਕੁਛ? ਕੋਈ ਡਰ ਪਏ ਨਹੀਂ ਜੀ, ਅਸੀਂ ਤਾਂ ਉੱਥੇ ਗਏ ਸੀ ਆਪਣੇ ਪੁਲਿਸ ਥਾਣੇ ਗਏ ਸੀ, ਜਦੋਂ ਥਾਣੇ ਵੀ ਬੰਦ ਸੀ ਥਾਣਾ, ਅਸੀਂ ਦਰਵਾਜ਼ੇ ਖੜਕਾ ਕੇ ਜਾ ਕੇ ਰਿਪੋਰਟ ਲਿਖਾ ਕੇ ਆਏ। ਕਿੰਨੇ ਵਜੇ? ਇਹ ਹੋਣਾ 5:30 ਤੋਂ ਬਾਅਦ ਸਵੇਰੇ। ਹਾਂਜੀ, 6:45 ਦਾ ਟਾਈਮ ਹੋਊਗਾ।
ਅਤੇ ਥਾਣਾ ਬੰਦ ਸੀਗਾ, ਥਾਣਾ ਬੰਦ ਸੀਗਾ ਜੀ। ਅਸੀਂ ਦਰਵਾਜ਼ਾ ਖੜਕਾ ਕੇ ਨਹੀਂ ਖੋਲਿਆ, ਉਹਨਾਂ ਨੇ ਗੇਟ ਬਾਅਦ 'ਚ ਖੋਲਿਆ। ਠੀਕ ਹੈ, ਅਤੇ ਰਿਪੋਰਟ ਲਿਖਾ, ਰਿਪੋਰਟ ਲਿਖਾਤੀ ਸੀ। ਠੀਕ ਹੈ ਜੀ, ਅਤੇ ਹੁਣ ਚਾਹੁੰਦੇ ਕੀ ਹੋ? ਚਾਹੁੰਦੇ ਹਾਂ ਜੀ ਉਹਨਾਂ ਨੂੰ ਫੜਿਆ ਜਾਵੇ, ਇਸ ਤਰ੍ਹਾਂ ਦਾ ਮਾਹੌਲ ਨਾ ਹੋਵੇ। ਇੰਨਾ ਬੜਾ ਮਾੜਾ ਮਾਹੌਲ ਹੋ ਗਿਆ, ਅਸੀਂ ਤਾਂ ਹੈਰਾਨ ਹਾਂ ਵੀ ਅਸੀਂ ਘਰੋਂ ਬਾਹਰ ਨਹੀਂ ਨਿਕਲ ਸਕਦੇ।